ਇਮੀਗ੍ਰੇਸ਼ਨ ਸੰਚਾਲਕ ਅਤੇ ਟਰੈਵਲ ਏਜੰਟਾਂ ਖਿਲਾਫ਼ ਮਾਮਲਾ ਦਰਜ। ਮੋਗਾ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ 15 ਇਮੀਗ੍ਰੇਸ਼ਨ ਸੰਚਾਲਕਾਂ ਅਤੇ ਟਰੈਵਲ ਏਜੰਟਾਂ ਦੇ ਖਿਲਾਫ਼ ਪੰਜਾਬ ਮਾਨਵ ਤਸਕਰੀ ਐਕਟ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਮੋਗਾ ਦੇ ਰਾਜ ਸਿੰਘ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਮਾਨਵ ਤਸਕਰੀ ਰੋਕਣ ਦੇ ਐਕਟ ਦੇ ਤਹਿਤ ਮੋਗਾ ਜ਼ਿਲ੍ਹੇ ਦੇ ਸਾਰੇ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਸੈਂਟਰ ਸੰਚਾਲਕਾਂ ਦੇ ਲਈ ਰਜਿਸਟ੍ਰੇਸ਼ਨ ਕਰਵਾ ਕੇ ਲਾਇਸੈਂਸ ਲੈਣਾ ਜ਼ਰੂਰੀ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਆਦੇਸ਼ਾਂ 'ਚ ਇਹ ਵੀ ਕਿਹਾ ਗਿਆ ਸੀ ਕਿ ਜ਼ਿਲ੍ਹੇ 'ਚ ਕੰਮ ਕਰ ਰਹੇ ਟਰੈਵਲ ਏਜੰਟਾਂ, ਆਈਲੈਟ ਸੈਂਟਰਾਂ ਦੀਆਂ ਕੋਚਿੰਗ ਸੰਸਥਾਵਾਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਲਾਇਸੈਂਸ ਪ੍ਰਾਪਤ ਕਰਨ। ਇਹ ਆਦੇਸ਼ ਵਿਦੇਸ਼ ਜਾਣ ਦੇ ਨਾਮ 'ਤੇ ਹੋਣ ਵਾਲੀ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਜਾਰੀ ਕੀਤਾ ਗਿਆ ਸੀ। ਗੁਰਪ੍ਰੀਤ ਸਿੰਘ ਥਾਣਾ ਮੁਖੀ ਮੋਗਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਆਦੇਸ਼ 'ਤੇ DSPI ਮੋਗਾ ਨੇ ਜਾਂਚ ਦੇ ਬਾਅਦ ਮੋਗਾ ਦੇ 15 ਟਰੈਵਲ ਏਜੰਟਾਂ, ਕੰਸਲਟੇਸੀ, ਟਿਕਟ ਏਜੰਟਸ ਅਤੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ ਸੈਂਟਰਾਂ ਦੇ ਸੰਚਾਲਕਾਂ ਦੇ ਖਿਲਾਫ਼ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਪੰਜਾਬ ਮਾਨਵ ਤਸਕਰੀ ਰੋਕਥਾਮ ਐਕਟ 2012 ਅਤੇ ਪੰਜਾਬ ਮਾਨਵ ਤਸਕਰ 'ਚ ਦਰਜ ਕੀਤੇ ਗਏ ਹਨ। ਪੰਜਾਬ ਗਲੋਬਲ ਲਈ ਮੋਗਾ ਤੋਂ ਅਮਰਜੀਤ ਬਬਰੀ ਦੇ ਨਾਲ ਜੋਗਿੰਦਰ ਸਿੰਘ। ਮਾਨਯੋਗ DC ਸਾਹਿਬ ਦੇ ਹੁਕਮਾਂ ਮੁਤਾਬਕ ਜਿਹੜਾ DC ਸਾਹਿਬ ਨੇ ਜਿਹੜਾ ਜਿਹੜੇ ਟਰੈਵਲ ਏਜੰਟ ਨੇ ਅਤੇ ਜਿਹੜੇ ਆਈਲੈਟਸ ਸੈਂਟਰ ਜਿਹੜੇ ਇਹਨਾਂ ਦੇ ਹੈਗੇ ਆ ਉਹਨਾਂ ਤੋਂ ਦਰਖਾਸਤਾਂ ਮੰਗੀਆਂ ਸੀ ਕਿ ਜਿਹੜੇ ਬੰਦੇ ਉਹਨਾਂ ਨੇ ਜਿਹੜੇ ਬਿਨਾਂ ਲਾਇਸੈਂਸ ਤੋਂ ਜਿਹੜਾ ਇਹ ਕਰ ਰਹੇ ਆ ਕੰਮ ਉਹ ਆਪਣਾ ਲਾਇਸੈਂਸ ਬਣਾ ਲੈਣ, ਜਿਹਦੇ ਵਿੱਚ 11/7/2017 ਤਾਂ ਹੀ ਦਰਖਾਸਤਾਂ ਮੰਗੀਆਂ ਸੀ। ਜਿਹੜੇ ਬੰਦਿਆਂ ਨੇ ਦਰਖਾਸਤਾਂ ਦਿੱਤੀਆਂ ਸੀ ਉਹਦੇ ਵਿੱਚ 82 ਬੰਦੇ ਸੀ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਸੀ। ਉਹਦੇ ਤੋਂ ਇਲਾਵਾ ਜਿਹੜੇ ਬੰਦਿਆਂ ਨੇ ਦਰਖਾਸਤਾਂ ਨਹੀਂ ਦਿੱਤੀਆਂ ਅਤੇ ਉਹ ਗੈਰ ਕਾਨੂੰਨੀ ਜਿਹੜਾ ਕੰਮ ਕਰ ਰਹੇ ਸੀ ਉਹਨਾਂ 15 ਬੰਦਿਆਂ ਦੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਹੈ